ਲਓ ਅਸੀਂ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਆਪੋ ਆਪਣੀ ਜਗ੍ਹਾ ਤੇ ਬਹਿ ਜਾਓ ਮੈਚ ਸ਼ੁਰੂ ਹੋ ਚੁੱਕਿਆ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਨਾਲ ਹੀ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਕਰਦੇ ਹਾਂ ਕਿ ਲਾਈਟਾਂ ਚੈੱਕ ਕਰ ਲਿਆ ਜਾਣਾ ਠੀਕ ਹੈ ਨਿਰਮਲ ਸਿੰਘ ਜੀ ਜੈਮਲ ਵਾਲੇ 200 ਰੁਪਇਆ ਹਿੰਦੇ ਦੇ ਲਈ ਪਾਰ ਭੇਜੀ ਜੱਥੇ ਤੋਂ ਖੁਸ਼ ਹੋ ਕੇ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਬੜੀ ਸੋਹਣੀ ਕਬੱਡੀ ਪੈ ਰਹੀ ਹੈ ਦੱਦਾ ਉਹਦੀ ਟੀਮ ਪਿੰਡ ਵਾਲੇ ਪਾਸੇ ਹੈ ਇੱਕ ਪਾਸੇ ਗੁਰਜੀਤ ਹੈ ਬਹੁਤ ਸੋਹਣਾ ਲਾ ਜੱਫਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਪੁਆਇੰਟ ਦਾ ਵਾਧਾ ਕਰਦਾ ਹੋਇਆ ਅਗਲੀਆਂ ਦੋਹੇ ਟੀਮਾਂ ਮਨ ਲੱਗਦਾ ਦੂਸਰੇ ਸੈਮੀਫਾਈਨਲ ਮੁਕਾਬਲੇ ਦੇ ਲਈ ਖੇਡ ਮੈਦਾਨ ਦੇ ਜਲਦੀ ਤੋਂ ਜਲਦੀ ਆ ਜਾਣ ਨਾਲ ਹੀ ਕਬੱਡੀ 70 ਕਿਲੋ ਦਾ ਫਾਈਨਲ ਮੈਚ ਖੇਡਿਆ ਜਾਣਾ ਦੋਹੇ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆਉਣ ਕਬੱਡੀ 70 ਕਿਲੋ ਫਾਈਨਲ ਮੈਚ ਤੇ ਨਾਲ ਹੀ ਕਬੱਡੀ ਓਪਨ ਦੂਸਰਾ ਸੈਮੀਫਾਈਨਲ ਮਨ ਲੱਗਣਾ ਵਰਸੋ ਭੇਖਾ ਲਓ ਖੇਡ ਮੈਦਾਨ ਦੇ ਵਿੱਚ ਦੇਖਣਾ ਵੀ ਪਹਿਲਾ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਚਾਰ ਜਾਫੀਆਂ ਦੇ ਵਿੱਚੋਂ ਦੇਖਣਾ ਆ ਵੀ ਨੌਜਵਾਨ ਜੱਸਾ ਦੇਖੀ ਸੋਹਣਿਆ ਮਲਕੀਰ ਸਿੰਘ ਸੰਧੂ ਵੱਲੋਂ 100 ਰੁਪਇਆ ਦਿੱਤਾ ਜਾਂਦਾ ਜਿਹੜੀ ਟੀਮ ਨੇ ਉਹ ਜੇਤੂ ਰਹੂ ਮਲਕੀਰ ਸਿੰਘ ਜੀ ਸੰਧੂ ਸਾਹਿਬ ਜੇਤੂ ਟੀਮ ਦੇ ਵੱਡੇ ਮਾਨ ਕਰਨਗੇ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਅੱਜ ਦੇਖਣਾ ਪੰਜਾਬੀਆਂ ਨੇ ਖੜ ਖੜ ਕੇ ਲਓ ਸ਼ਾਮ ਦੇ ਸੁਨਹਿਰੀ ਪਲ ਨੇ ਪਾਲ ਮਾਲੇ ਵਾਲਾ ਹਿੰਦਾ ਮਲਕ ਵਾਲਾ ਦੇਖਦੇ ਆ ਲਾ ਸੋਹਣਾ ਜੱਥਾ ਆਪਣੇ ਜਿੱਤ ਵਾਲੇ ਪਾਸੇ ਜਾਵੇਗਾ ਜਾਂ ਫਿਰ ਪੁਆਇੰਟ ਪਾਲ ਲੈ ਕੇ ਵਾਪਸ ਜਾਵੇਗਾ ਚੱਲ ਵੀ ਭਲਵਾਨਾ ਪਾ ਕਬੱਡੀ ਕੁਲਵੀਰ ਅਗਲੀ ਕਬੱਡੀ ਪਾਉਣ ਵੱਧ ਚੁੱਕਿਆ ਖੇਡ ਮੈਦਾਨ ਦੇ ਵਿੱਚ ਮਾਲਾ ਕਲੱਬ ਦੇ ਭੇਖੇ ਵਾਲੇ ਟੀਕ ਨੂੰ ਬੇਨਤੀ ਕਰਾਂ ਜਲਦੀ ਤੋਂ ਜਲਦੀ ਆ ਜਾਓ ਖੇਡ ਮੈਦਾਨ ਦੇ ਵਿੱਚ ਨਾਲ ਕਬੱਡੀ 70 ਕਿਲੋ ਦੀਆਂ ਦੋਹੇ ਟੀਮਾਂ ਕਿੱਥੇ ਨੇ ਬਾਰ ਬਾਰ ਬੇਨਤੀ ਕਰ ਰਹੇ ਹਾਂ ਹੈਲੋ ਹੈਲੋ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਆ ਕੇ ਸਾਡੇ ਨਾਲ ਸਟੇਜ ਆ ਕੇ ਸੰਪਰਕ ਕਰੇ ਲਾਈਟਾਂ ਵਾਲਾ ਵੀ ਨਹੀਂ ਨਹੀਂ ਮਾਸਟਰ ਜੀ ਠੀਕ ਹੈ ਜੀ ਲਓ ਸਾਹਮਣੇ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ ਆ ਆਉਂਦਾ ਨੌਜਵਾਨ ਦੁਨੀਆ ਦਾ ਬੜਾ ਵਧੀਆ ਖਿਡਾਰੀ ਹੈ ਨੌਜਵਾਨ ਮੈਨੂੰ ਪੁਆਇੰਟ ਲੈ ਕੇ ਆਪਣੇ ਟੀਮ ਦੇ ਲਈ ਵਾਪਸ ਪਰਤਿਆ ਅਗਲੀ ਕਬੱਡੀ ਕੁਲਵੀਰ ਵਕੀਲਾਂ ਵਾਲੇ ਪਿੰਡ ਦਾ ਦੋਹੇ ਟੀਮਾਂ ਮਨ ਲੱਗਾਂ ਦੇ ਭੇਖਾ ਕਿੱਥੇ ਨੇ ਕਬੱਡੀ 70 ਕਿਲੋ ਦਾ ਫਾਈਨਲ ਮੈਚ ਇਹ ਵੀ ਦੋਹੇ ਟੀਮਾਂ ਇੱਕੋ ਮਿੰਟ ਦਿੱਤਾ ਜਾ ਰਿਹਾ ਇਹਨਾਂ ਦੋਹਾਂ ਟੀਮਾਂ ਨੂੰ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆਉਣ ਆਖਰੀ ਕਬੱਡੀ ਔਰ ਆਖਰੀ ਪਲਾਂ ਦੇ ਮੈਚ ਤੁਸੀਂ ਦੇਖ ਰਹੇ ਹੋ ਖੇਡ ਮੈਦਾਨ ਦੇ ਵਿੱਚ ਪੁਆਇੰਟ ਕੁਲਵੀਰ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਜਲਦੀ ਤੋਂ ਜਲਦੀ ਜਾਣ ਬੁੱਝ ਕੇ ਹਨੇਰਾ ਨਹੀਂ ਕਰਨਾ ਆਪਾਂ ਦੋਹਾਂ ਟੀਮਾਂ ਨੂੰ ਬੇਨਤੀ ਹੈ ਵੀ ਖੇਡ ਮੈਦਾਨ ਦੇ ਵਿੱਚ ਮਾਲਾ ਕਲਾਂ ਦੇ ਭੇਖੇ ਵਾਲੇ ਇੱਕੋ ਮਿੰਟ ਦਾ ਸਮਾਂ ਹੈ ਕਿਉਂਕਿ ਤੁਹਾਨੂੰ ਪਤਾ ਬਾਅਦ ਵਿੱਚ ਹਨੇਰਾ ਹੋ ਜਾਂਦਾ ਕੋਈ ਸਵਾਦ ਨਹੀਂ ਆਉਂਦਾ ਦਰਸ਼ਕਾਂ ਨੂੰ ਫਿਰ ਨਾ ਅਫੀਸ਼ਲਾਂ ਨੂੰ ਇਸ ਲਈ ਬੇਨਤੀ ਹੈ ਮਾਸਟਰ ਜੀ ਕਹਿੰਦੇ ਕਹਿੰਦੇ ਫਿਰ ਮੈਚ ਕੱਲ੍ਹ ਨੂੰ ਹੋਣਗੇ ਰਹਿੰਦੇ ਮੈਚ ਜਲਦੀ ਤੋਂ ਜਲਦੀ ਟੀਮਾਂ ਗਰਾਊਂਡ ਦੇ ਵਿੱਚ ਪੁੱਜਣ ਅਗਲੇ ਮੁਕਾਬਲਿਆਂ ਦੇ ਲਈ ਲਓ ਸੁੱਖ ਹਰਦਾਸੇ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਸੋਹਣੀ ਖੇਡ ਕਰਦਾ ਹੋਇਆ ਚਾਰ ਜਾਫੀਆਂ ਦੇ ਵਿੱਚੋਂ ਗੁਰਜੀਤ ਬਿਲਕੁਲ ਮੂਹਰੇ ਅੜ ਕੇ ਹੌਸਲਾ ਕਰਕੇ ਘੇਰਦਾ ਇਸ ਨੌਜਵਾਨ ਨੂੰ ਪਰ ਪੁਆਇੰਟ ਸਾਹਮਣੇ ਸੁੱਖ ਦੇ ਹਿੱਸੇ ਦੇ ਵਿੱਚ ਹੈ ਮਨਪ੍ਰੀਤ ਸਿੰਘ ਹੌਸਲੇ ਬੁਲੰਦ ਹੈ ਸਾਹ ਜਿੰਨੀ ਜਾਨ ਹੈ ਬੋਚ ਬੋਚ ਕੇ ਪੰਪ ਰੱਖਦਾ ਵਿਰੋਧੀਆਂ ਦੇ ਵਿਹੜੇ ਦੇ ਵਿੱਚ ਪਰ ਨਹੀਂ ਟੱਕ ਸਕਿਆ ਸਾਹਮਣੇ ਦੇਖਣਾ ਵੀ ਖੇਡ ਮੈਦਾਨ ਦੇ ਵਿੱਚ ਮਲਕ ਵਾਲਾ ਗੱਭਰੂ ਕਬੱਡੀ ਫੇਰ ਪੈਂਦੀ ਹੈ ਅਗਲੀਆਂ ਦੋਹੇ ਟੀਮਾਂ ਕਿੱਥੇ ਨੇ ਜਲਦੀ ਆ ਜਾਓ ਭਲਵਾਨੋ ਲੇਟ ਨਾ ਕਰੋ ਮੇਰੇ ਵੀਰ ਭੱਜ ਕੇ ਆ ਜਾਓ ਭੱਜ ਕੇ ਖੇਡ ਮੈਦਾਨ ਦੇ ਵਿੱਚ ਮਾਲੇ ਵਾਲਾ ਹੈਲੋ ਸੌਖਾ ਜਿੰਨੇ ਵੀ ਪੈਣ ਲੈਂਦਾ ਅਕਬਾਲ ਸਿੰਘ ਢੋਲੀ ਭਾਈ ਮੁਸ਼ਾਫਰ ਉਹਦੇ ਵੱਲੋਂ 100 ਰੁਪਇਆ ਦਿੱਤਾ ਜਾਵੇ ਮੈਚ ਜਿਹੜਾ ਖੇਡ ਮੈਦਾਨ ਦੇ ਵਿੱਚ ਸਮਾਪਤ ਹੋ ਚੁੱਕਿਆ ਇਸ ਮੁਕਾਬਲੇ ਦੇ ਵਿੱਚ ਦੇਖੀਏ ਵੀ ਆਪਾਂ ਦੱਦਾ ਉਰਾ ਜੀ
ਜਿਹੜੀ ਟੀਮ ਇਹਨਾਂ ਨੂੰ ਜੇਤੂ ਆ ਸਾਡੇ ਕੋਲੋਂ 100 ਰੁਪਇਆ ਸਪੈਸ਼ਲ ਨਾਮ ਆਪਦਾ ਲੈ ਦੇ, ਜਿਹੜੀ ਟੀਮ ਜੇਤੂ ਆ ਲੋਸ ਕਰ ਦਿਓ ਜੀ। ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆਓ ਜੀ, ਤੇ ਨਾਲ ਹੀ ਕਬੱਡੀ 70 ਕਿਲੋ ਦੱਦਾ ਉਰ ਜਲਦੀ ਤੋਂ ਜਲਦੀ ਤੁਸੀਂ ਫਿਰ ਫਾਈਨਲ ਮੈਚ ਲਈ ਖੇਡਣਾ, ਪਲੀਜ਼ ਬੇਨਤੀ ਸਾਰੀਆਂ ਟੀਮਾਂ ਨੂੰ ਆ ਜਾਓ ਮੇਰੇ ਮਿੱਤਰੋ, ਮੈਦਾਨੀ ਮਿੱਤਰੋ ਭੱਜ ਕੇ ਆਓ, ਭੱਜ ਕੇ ਵੀ ਕੇ ਵੀਰ ਖੇਡ ਮੈਦਾਨ ਦੇ ਵਿੱਚ, ਤੇ ਨਾਲ ਹੀ ਕਬੱਡੀ 70 ਕਿਲੋ ਦੀ ਹੈ। ਦੋਹੇ ਟੀਮਾਂ ਕਿਤੇ ਨਜ਼ਰ ਨਹੀਂ ਆ ਰਹੀਆਂ ਕਿੱਥੇ ਨੇ, ਮੀਕੇ ਭੱਜ ਕੇ ਆਓ ਯਾਰ ਕਿੱਥੇ ਤੁਸੀਂ, ਜਲਦੀ ਤੋਂ ਜਲਦੀ ਫਾਈਨਲ ਮੈਚ ਇਸ ਤੋਂ ਬਾਅਦ ਜਿਹੜਾ ਆਪਾਂ ਦੇਖਾਂਗੇ ਕਬੱਡੀ 70 ਕਿਲੋ ਦਾ, ਤੇ ਨਾਲ ਹੀ ਚਿਫਦੇ ਹੀ ਆਪਾਂ ਦੇਖਾਂਗੇ ਕਬੱਡੀ ਓਪਨ ਦਾ ਫਾਈਨਲ ਮੁਕਾਬਲਾ। ਬੈਸਟ ਰੇਡਰ ਤੇ ਜਾਫੀ ਦੇ ਲਈ 5,000 ਰੁਪਇਆ ਸਾਡੇ ਵੀਰ ਕੈਨੇਡਾ ਵਾਲੇ ਪਰਿਵਾਰ ਵੱਲੋਂ ਦਿੱਤਾ ਜਾਣਾ, ਉਹ ਵੀ ਦੱਸਾਂਗੇ ਕਿਸ ਖਿਡਾਰੀ ਨੂੰ ਨਸੀਬ ਹੋਵੇਗਾ ਖੇਡ ਮੈਦਾਨ ਦੇ ਵਿੱਚ। ਜਲਦੀ ਤੋਂ ਜਲਦੀ ਆ ਜਾਓ ਮੇਰੇ ਮਿੱਤਰੋ, ਜਿੱਥੇ ਵੀ ਤੁਸੀਂ ਆਵਾਜ਼ ਤੇ ਸੁਣਦੇ ਹੋ, ਗਗਨ ਜੋਗੇ ਵਾਲੀ ਆ ਚਿਫਦੇ ਤੁਸੀਂ ਵਾਪਸ ਆ ਜਾਓ ਮੱਥਾ ਟੇਕ ਕੇ ਗਰਾਊਂਡ ਦੇ ਵਿੱਚ, ਜੇਤੂ ਟੀਮ ਨੂੰ ਗਰਾਊਂਡ 'ਤੇ ਰੱਖਾਂਗੇ, ਫਾਈਨਲ ਮੈਚ ਸ਼ੁਰੂ ਕਰਾਂਗੇ। 70 ਕਿਲੋ ਵਾਲੀਆਂ ਦੋਹੇ ਟੀਮਾਂ ਆ ਜਾਓ ਗਰਾਊਂਡ ਦੇ ਵਿੱਚ। ਹਾਂਜੀ ਮਾਰੋ ਵਿਸਲ ਤੇ ਮੈਚ ਸ਼ੁਰੂ ਕਰੀਏ, ਗੁਰਜੀਤ ਸਿੰਘ ਜੀ ਮਾਰ ਦਿਓ ਵਿਸਲ ਜਲਦੀ ਤੋਂ ਜਲਦੀ, ਜੱਗਿਆ ਤਿਆਰੀ ਖਿੱਚਲਾ ਨੌਜਵਾਨਾਂ ਖੇਡ ਮੈਦਾਨ ਦੇ ਵਿੱਚ। ਗੋਪੀ ਨੌਜਵਾਨ ਵੀ ਸੱਚੇ ਪਾਤਸ਼ਾਹ ਦਾ ਉਹ ਟਾਸਰਾ ਲੈ ਰਿਹਾ, ਮਨਪ੍ਰੀਤ ਸਿੰਘ ਆਓ ਸਾਹਮਣੇ, ਡਾਲੇ ਪਿੰਡ ਵਾਲਾ ਤੇ ਮੀਕ ਭੇਖੇ ਪਿੰਡ ਵਾਲਾ ਦੁਨੀਆਂ ਦੇ ਸਟਾਰ ਖਿਡਾਰੀਆਂ ਦੇ ਵਿੱਚ ਨਾਮ 7-7 ਜੀ, ਠੀਕ ਆ ਜੀ 7-7 ਜਾਂ 8 ਤੇ ਜੇਤਾ ਹੋਣੀ ਇਸ ਮੁਕਾਬਲੇ ਦੀ। ਆਓ ਦੋਵੇਂ ਟੀਮਾਂ ਸੈਟ ਲੈਂਦੇ, ਕਬੱਡੀ 70 ਕਿਲੋ ਦੀਆਂ ਦੋਹੇ ਟੀਮਾਂ ਫਾਈਨਲ ਮੁਕਾਬਲੇ ਦੇ ਲਈ ਕਿਤੇ ਨਜ਼ਰ ਨਹੀਂ ਆ ਰਹੀਆਂ, 7-7 ਕਬੱਡੀਆਂ ਨੇ ਸਿਰਫ ਇਸ ਮੈਚ ਦੀਆਂ। ਇਸ ਤੋਂ ਬਾਅਦ ਜਿਹੜਾ ਫਾਈਨਲ ਮੈਚ ਖੇਡਿਆ ਜਾਣਾ ਕਬੱਡੀ 70 ਕਿਲੋ, ਦੋਹੇ ਟੀਮਾਂ ਜਲਦੀ ਆ ਜਾਓ। ਦਿਲਬਾਗ ਬਰਾੜ ਸਾਡਾ ਵੀਰ ਗੱਜਣ ਵਾਲਾ ਵਿਸ਼ੇਸ਼ ਤੌਰ ਤੇ ਪੁੱਜਿਆ, ਪੰਜਾਬ ਦਾ ਬੁਲਾਰਾ, ਧੰਨਵਾਦ ਕਰਾਂਗੇ। ਹੈਲੋ ਜੱਗਾ ਭੇਖੇ ਵਾਲਾ ਜਿੰਨੇ ਵੀ ਜੱਫੇ ਲਾਉਂਦਾ ਗੋਲੂ ਦੋਜੀ ਗੱਜਣ ਵਾਲੇ ਤੋਂ 100 ਰੁਪਇਆ ਹਰੇਕ ਜੱਫੇ ਦਾ ਦੇਊਗਾ। ਜੱਗੇ ਦੇ ਜੱਫੇ ਦੀ ਜਿਹੜੀ ਆਫਰ ਆ ਚੁੱਕੀ ਹੈ, ਲਓ ਦੇਖੀਏ ਪਿੰਡ ਦੀ ਟੀਮ ਪਿੰਡ ਵਾਲੇ ਪਾਸੇ ਹੋ ਗਈ ਹੈ, ਦੂਸਰੇ ਪਾਸੇ ਦੇਖਣਾ ਵੀ ਖੇਡ ਮੈਦਾਨ ਦੇ ਵਿੱਚ ਮਾਲੇ ਕਲਾਂ ਵਾਲੇ ਕੰਤੇ ਨੇ ਇੱਕ ਪਾਸੇ ਕੰਨੀ ਲੈ ਲਈ ਹੈ, ਤੇ ਨਾਲ ਬਲਕਾਰਾ ਪੰਨ ਤੇ ਰਣਜੀਤ ਸਿੰਘ ਲਾ ਪਹਿਲੀ ਉਡਾਨ ਭਰੀ ਸਾਹਮਣੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਆਓ ਸਾਹਮਣੇ ਦੇਖੀਏ ਖੇਡ ਮੈਦਾਨ ਦੇ ਵਿੱਚ। ਹੈਲੋ ਰੂਪਾ ਸਿੰਘ ਧੱਲੇ ਕਹਿ ਲੋ, ਜੱਗਾ ਸਿੰਘ ਫੁੱਫੜ ਜਿੰਨੇ ਵੀ ਜੱਫੇ ਲਾਉਂਦਾ ਜੱਗਾ ਹਰੇਕ ਜੱਫੇ ਦਾ 100 ਰੁਪਇਆ ਉਹਨਾਂ ਵੱਲੋਂ ਦਿੱਤਾ ਜਾਵੇਗਾ, ਅਸੀਂ ਕਹਿ ਦਿਓ ਧੰਨਵਾਦੀ ਹਾਂ। 70 ਕਿਲੋ ਦੀਆਂ ਦੋਹੇ ਟੀਮਾਂ ਆਈਆਂ ਨੇ ਕਬੱਡੀ 70 ਕਿਲੋ, ਜਿੱਥੇ ਵੀ ਟੀਮਾਂ ਆਵਾਜ਼ ਸੁਣਦੀਆਂ ਨੇ ਫਾਈਨਲ ਮੁਕਾਬਲੇ ਦੇ ਲਈ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਲੱਗ ਚੁੱਕਿਆ ਜੱਫਾ। ਹੈਲੋ ਬੋਲ, ਹੈਲੋ ਚੰਨ ਸਿੰਘ USA ਵੱਲੋਂ ਕੀਪਾ ਜਿੰਨੇ ਵੀ ਜੱਫੇ ਲਾਉਂਦਾ 500 ਰੁਪਇਆ, ਜੇ ਸਾਰੀ ਟੀਮ ਦਾ ਕੋਈ ਵੀ ਖਿਡਾਰੀ ਜੱਫਾ ਲਾਉਂਦਾ ਤਾਂ 100 ਰੁਪਇਆ, ਕੀਪਾ ਜੱਫਾ ਲਾਵੇ 500 ਰੁਪਇਆ। ਮਨਪ੍ਰੀਤ ਨੇ ਜੱਫਾ ਲਾਇਆ 100 ਰੁਪਇਆ, ਜੀਤਾ ਕੈਨੇਡਾ ਭੇਜਦੇ ਨੇ, ਅਸੀਂ ਤਹਿ ਦਿਲੋਂ ਧੰਨਵਾਦੀ ਹਾਂ। ਪਰਮਜੀਤ ਸਿੰਘ ਜੀ ਗਰਾਊਂਡ ਦੇ ਵਿੱਚ ਸਪਰੇਅ ਭੇਜਦੇ, ਜੇਕਰ ਤੁਹਾਡੇ ਲਾਗੇ ਇੱਥੇ ਹੈਗੀ ਤੇ ਭੇਜ ਦਿੰਦੇ ਸਪਰੇਅ। ਹਾਂਜੀ
500 ਰੁਪਿਆ ਚਰਨਜੀਤ ਸਿੰਘ ਜੀ ਯੂਐਸਏ ਵਾਲੇ ਕਹਿੰਦੇ ਨੇ ਰਾਮ ਸਿੰਘ ਉਹਨਾਂ ਦੇ ਭਾਈ ਸਾਹਿਬ ਨੇ ਲਓ ਖੇਡ ਮੈਦਾਨ ਦੇ ਵਿੱਚ ਭਲਵਾਨ ਨੇ ਗਗਨ ਮਾਝੇ ਦੀ ਧਰਤੀ ਤੇ ਬੱਲੇ ਬੱਲੇ ਕਰਵਾਉਣ ਵਾਲਾ ਸ਼੍ਰੀ ਮਾਂ ਦਾ ਸ਼ੇਰ ਪੁੱਤ ਅੱਜ ਇਸ ਨਗਰ ਦੇ ਲਈ ਮਾਨਵਤੇ ਖਿਡਾਰੀਆਂ ਦੇ ਲਈ ਖੇਡਣ ਦੇ ਲਈ ਪੁੱਜਿਆ ਲਓ ਸਾਹਮਣੇ ਪਾਈ ਹੋਈ ਕਬੱਡੀ ਹੈਲੋ ਗਗਨ ਜੋ ਭੇਖੇ ਦਾ ਪੁੱਤ ਬਣ ਕੇ ਖੇਡਦਾ 100 ਰੁਪਇਆ ਮਲਕੀਤ ਸਿੰਘ ਸੰਧੂ ਵੱਲੋਂ ਉਹਨਾਂ ਦਿੱਤਾ ਜਾਂਦਾ ਸਪੈਸ਼ਲ ਨਾਮ ਪਹਿਲੋ ਧੰਨਵਾਦ ਕਰਦੇ ਮਲਕੀਤ ਸਿੰਘ ਜੀ ਸੰਧੂ ਸਾਹਿਬ ਵੱਡੇ ਮਾਣ ਦਿੰਦੇ ਨੇ ਆਪਣੇ ਬੱਚਿਆਂ ਨੂੰ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਲੱਗਦਾ ਹੋਇਆ ਸੋਹਣਾ ਜੱਥਾ ਕਿ ਜੋਰ ਤੇ ਜਵਾਨੀ ਯਾਰ ਉਮਰਾਂ ਦੀ ਖੇਡ ਇਹਦੇ ਵਿੱਚ ਹੁੰਦੇ ਕਹਿੰਦੇ ਸਾਹਾਂ ਵਾਲੇ ਭੇੜ ਜੱਥਾ ਮੀਕੇ ਨੇ ਲਾ ਦਿੱਤਾ ਖੇਡ ਮੈਦਾਨ ਦੇ ਵਿੱਚ ਚੱਲ ਵੀ ਨੌਜਵਾਨ ਆਪਾਂ ਕਬੱਡੀ ਹਾਂਜੀ ਹਾਂਜੀ ਮੀਕੇ ਡੈਡੀ ਨੂੰ 500 ਰੁਪਇਆ ਮਿੱਕੇ ਦੇ ਫਾਦਰ ਸਾਹਿਬ ਵੱਡੇ ਮਾਣ ਕਰਦੇ ਨੇ ਆਪਣੇ ਸਪੁੱਤਰ ਦੇ ਔਰ ਉੱਥੇ ਪਿੰਡ ਵਾਸੀ ਵੀ ਮਾਣ ਕਰ ਰਹੇ ਨੇ ਲਓ ਗਗਨ ਕਬੱਡੀ ਕਰਦਾ ਸਰਦਾਰ ਚਰਨ ਸਿੰਘ ਜੀ ਯੂਐਸਏ ਵਾਲੇ ਵੱਡੇ ਮਾਣ ਪੰਜਾਬੀ ਬੋਲਾਂ ਤੋਂ ਖੁਸ਼ ਕਰ ਰਹੇ ਨੇ ਧੰਨਵਾਦ ਦਿੰਗੇ ਸਰਦਾਰ ਚਰਨ ਸਿੰਘ ਜੀ ਸਾਡੇ ਯੂਐਸਏ ਵਾਲੇ ਲਓ ਸਾਹਮਣੇ ਕਬੱਡੀ ਪੈਂਦੀ ਹੈ ਦਰਸ਼ਕ ਦੇਖਦੇ ਨੇ ਕਿ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਵਾਂ ਦਾ ਦੂਜਾ ਵਾਰ ਖੰਡੇ ਨਾਲ ਜਸਵੰਤ ਸਿੰਘ ਖਾਲਸਾ ਮੀਕੇ ਦੇ ਨੇੜੇ ਉਹ ਵੱਲੋਂ 500 ਰੁਪਇਆ ਮੀਕੇ ਨੂੰ ਸਪੈਸ਼ਲ ਨਾਮ ਦਿੱਤਾ ਜਾਂਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਸਵੰਤ ਸਿੰਘ ਜੀ ਖਾਲਸਾ ਵੱਡੀ ਕਿਰਪਾ ਵਾਸਤੇ ਪਾਤਸ਼ਾਹ ਦੀ ਕਿ ਗਿੱਦੜੀ ਜਨਮ ਦਿੰਦੀ ਹੈ ਗਿੱਦੜਾ ਨੂੰ ਕਰ ਸ਼ੇਰ ਨਹੀਂ ਦੇ ਹੁੰਦੇ ਨੇ ਪੁੱਤ ਸ਼ੇਰ ਪੈਦਾ ਜਿਸ ਜ਼ਮੀਨ ਦੇ ਵਿੱਚ ਹੁੰਦੀ ਹੈ ਸਿਲ ਪੂਰੀ ਉਹ ਜ਼ਮੀਨ ਤੋਂ ਫਸਲ ਹੁੰਦੀ ਹੈ ਢੇਰ ਪੈਦਾ ਜਿਨ੍ਹਾਂ ਮਾਪਿਆਂ ਦੀ ਕੀਤੀ ਹੁੰਦੀ ਹੈ ਸਿਆ ਪਰਮਜੀਤ ਸਿੰਘ ਜੀ ਉਹਨਾਂ ਦੇ ਘਰ ਪੁੱਤਰ ਹੁੰਦੇ ਨੇ ਪਲੇਰ ਪੈਦਾ ਉਹਨਾਂ ਦੇ ਘਰ ਹੁੰਦੇ ਨੇ ਪੁੱਤਰ ਪਲੇਰ ਪੈਦਾ ਹਾਂਜੀ ਹੈਲੋ ਗੁਰਦੀਪ ਸਿੰਘ ਯੂਐਸਏ ਵੱਲੋਂ 100 ਰੁਪਇਆ ਜੋ ਭੇਖੇ ਦਾ ਰੇਟ ਖੇਡਦਾ ਦਾਲੇ ਵਾਲਾ ਮਨਪ੍ਰੀਤ ਦਾਲੇ ਵਾਲੇ ਮਨਪ੍ਰੀਤ ਨੂੰ 100 ਰੁਪਇਆ ਗੁਰਦੀਪ ਸਿੰਘ ਯੂਐਸਏ ਵੱਲੋਂ ਵੱਡੇ ਪਾਰ ਦਿੱਤੇ ਜਾ ਰਹੇ ਨੇ ਯੂਐਸਏ ਵਾਲੇ ਪਰਿਵਾਰ ਕੈਨੇਡਾ ਵਾਲੇ ਵੱਖ ਵੱਖ ਕੰਟਰੀਆਂ ਦੇ ਵਿੱਚ ਇਸ ਨਗਰ ਦੇ ਮਾਨਯੋਗ ਵੀ ਰਹਿੰਦੇ ਨੇ ਵੱਡੇ ਮਾਣ ਕਰ ਰਹੇ ਨੇ ਮਾਪਦਾ ਜੀ ਭੇਖੇ ਦੀ ਟੀਮ ਫਾਈਨਲ ਦੇ ਵਿੱਚ ਪੁੱਜ ਗਈ ਹੈ ਜਲਦੀ ਤੋਂ ਜਲਦੀ ਹਾਂਜੀ ਗਗਨ ਹੈਲੋ ਭੇਖੇ ਦੇ ਰੇਟ ਨੂੰ ਚੰਦ ਸਿੰਘ ਯੂਐਸਏ ਵੱਲੋਂ 500 ਰੁਪਇਆ ਸਪੈਸ਼ਲ ਨਾਮ ਦਿੱਤਾ ਜਾਂਦਾ ਅਸੀਂ ਧੰਨਵਾਦੀ ਹਾਂ ਦਾਦੀ ਸੱਜਣਾ ਦੇ ਕੋਰ ਸੁਖੀਏ ਦਾ ਮੁਕਾਬਲਾ ਜਿਹੜਾ ਰੱਜੀ ਵਾਲੇ ਨਾਲ ਫਾਈਨਲ ਮੈਚ ਖੇਡਿਆ ਜਾ ਰਿਹਾ ਦੋਹੇ ਟੀਮਾਂ ਆਉਂਦੀ ਸੈਂਟਰਲ ਤੇ ਜਲਦੀ ਤੋਂ ਜਲਦੀ ਤੇ ਨਾਲ ਹੀ ਨੀਕੇ ਵੀਰ ਫੌਰ ਨੇ ਆ ਜਾਣਾ ਗਰਾਊਂਡ ਦੇ ਵਿੱਚ ਦੱਦਾ ਹੋਰ ਵਾਲੇ ਮੰਨੇ ਨੂੰ ਨਾਲ ਹੀ ਲੈ ਕੇ ਫਾਈਨਲ ਮੈਚ ਆਪਾਂ ਦਰਸ਼ਕ ਵੀਰਾਂ ਨੂੰ ਦਿਖਾਈਏ ਜਲਦੀ ਤੋਂ ਜਲਦੀ ਮਾਰੋ ਜੀ ਵਿਸਲ ਇੱਕ ਪਾਸੇ ਦੇਖਾਂਗੇ ਉਹ ਕੋਰ ਸੁਖੀਏ ਦੀ ਟੀਮ ਹੈ ਫਰੀਦਕੋਟੀਏ ਦੂਸਰੇ ਪਾਸੇ ਰੱਜੀ ਵਾਲਾ ਪਿੰਡ ਇਸੇ ਜ਼ਿਲ੍ਹੇ ਗੋਗੇ ਦਾ ਪਿੰਡ ਆ ਮਾਰ ਵੀ ਗੁਰਜੀਤ ਸਿੰਘ ਬਿਸਲ ਖੇਡ ਮੈਦਾਨ ਦੇ ਵਿੱਚ 70 ਕਿਲੋ ਦਾ ਹੈਲੋ 70 ਕਿਲੋ ਦਾ ਮੈਚ ਸ਼ੁਰੂ ਕਰਾ ਰਹੇ ਜੀ ਹਾਂਜੀ ਹਾਂਜੀ ਸ਼ੁਰੂ ਆ ਜੀ ਆ ਜਾਓ ਅਗਲੀਆਂ ਦੋਹੇ ਟੀਮਾਂ ਨਾਲ ਹੀ ਝੱਪਦੇ ਮੱਥਾ ਟੇਕ ਕੇ ਮੁੜਿਓ ਫਟਾਫਟ ਬੰਟੀ ਜਲਦੀ ਕਰ ਨੌਜਵਾਨਾ ਢਿੱਲ ਕਾਹਦੀ ਹੁਣ ਖੇਡ ਮੈਦਾਨ ਦੇ ਵਿੱਚ ਕੋਰ ਸੁਖੀਏ ਦੀ ਟੀਮ ਖੇਤਾਂ ਵਾਲੇ ਪਾਸਿਓ ਵੀ ਹੈ ਪਿੰਡ ਵਾਲੇ ਪਾਸੇ ਦੇਖਣਾ ਵੀ ਆਪਾਂ ਪਿੰਡ ਵਾਲੇ ਪਾਸੇ ਕੋਰ ਸੁਖੀ ਹੈ ਔਰ ਖੇਤਾਂ ਵਾਲੇ ਪਾਸੇ ਦੇਖਣਾ ਵੀ ਗੋਲੂ ਨੌਜਵਾਨ ਬਿਲਕੁਲ ਆਪਣੇ ਟੀਮ ਨੂੰ ਲੱਗ ਕੇ ਪੁੱਜ ਚੁੱਕਿਆ ਅਰਜੀ ਵਾਲੇ ਦਾ ਖੇਡ ਮੈਦਾਨ ਦੇ ਵਿੱਚ ਦੇਖਣਾ ਵੀ ਬੜਾ ਸੋਹਣਾ ਖੇਡਿਆ ਜਾ ਰਿਹਾ ਪਹਿਲੀ ਕਬੱਡੀ ਬਰਾੜ ਨੇ ਭਾ ਦਿੱਤੀ ਹੈ ਸਾਡੇ ਕੋਲੇ ਸਟੇਜ ਤੇ ਇੱਥੇ ਕਿਸੇ ਦੀਆਂ ਚਾਬਕਾਂ ਡਿੱਗੀਆਂ ਸਟੇਜ ਤੇ ਆ ਆਣ ਕੇ ਲੈ ਜਾਵੇ ਪਤਾ ਨੀ ਗੱਡੀ ਦੀਆਂ ਪਤਾ ਨੀ ਮੋਟਰਸਾਈਕਲ ਦੀਆਂ ਬੱਲੇ ਬੱਲੇ ਹੁੰਦੀ ਰਹਿੰਦੀ ਗੱਭਰੂ ਦਲੇਰਾਂ ਦੀ
ਸਾਹਮਣੇ ਦੇਖਣਾ ਉਹਨਾਂ ਡਾਲਰਾਂ ਦੇ ਵਿੱਚ ਵਿਕਦੀ ਕਬੱਡੀ ਅੱਜ ਪੰਜਾਬੀ ਸ਼ੇਰਾਂ ਦੇ ਪੂਰਾ ਜ਼ੋਰ ਵਾਲਾ ਜੱਥਾ ਦਰਸ਼ ਵੀਰੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਦੋਹਾਂ ਖਿਡਾਰੀਆਂ ਦੇ ਲਈ ਕਿ ਇੱਕੋ ਜਿਹਾ ਜ਼ੋਰ ਲੱਗਦਾ ਯਾਰੀ ਹਾਰ ਦੇ ਮੁੰਡੇ ਨਾਲ ਲਾਈਏ ਇੱਕੋ ਜਿਹਾ ਜ਼ੋਰ ਲੱਗਦਾ ਲਓ ਗੋਲੂ ਇੱਕ ਗੱਜਣ ਵਾਲੇ ਦਾ ਬੜਾ ਟਾਪ ਦਾ ਜਾਫੀ ਹੈ ਲਓ ਸਾਹਮਣੇ ਗੀਜੇ ਨੇ ਪਿੰਡ ਮਸ਼ਹੂਰ ਕਰ ਦਿੱਤਾ ਬਰਾੜ ਨੇ ਪਿੰਡ ਮਸ਼ਹੂਰ ਕਰ ਦਿੱਤਾ ਦਿਲਬਾਗ ਨੇ ਪਿੰਡ ਮਸ਼ਹੂਰ ਕਰ ਦਿੱਤਾ ਸਾਹਮਣੇ ਗੋਲੂ ਖੇਡ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਦੂਸਰੇ ਪਾਸੇ ਨਿੰਮਾ ਪੂਰਾ ਹਿੱਕ ਜ਼ੋਰ ਦੇ ਨਾਲ ਕਹਿੰਦੇ ਵੀ ਪੁਆਇੰਟ ਹਾਸਲ ਕਰ ਰਿਹਾ ਮੂਵ ਸਪਰੇ ਪਰਮਜੀਤ ਸਿੰਘ ਜੀ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿਓ ਅਗਲੀ ਕਬੱਡੀ ਗੁਰਜੀਤ ਹੈ ਥਾਪੀ ਮਾਰੀ ਨੌਜਵਾਨ ਦੋ ਥਾਪੀਆਂ ਮਾਰ ਦਿੱਤੀਆਂ ਨੇ ਖੜੇ ਖੜੇ ਗੱਭਰੂ ਨੇ ਅਗਲੀਆਂ ਦੋਹੇ ਟੀਮਾਂ ਜਲਦੀ ਆ ਜਾਓ ਗਰਾਊਂਡ ਦੇ ਵਿੱਚ ਭੇਖਾ ਮੇਜ਼ਬਾਨ ਟੀਮ ਤੇ ਦੱਦਾ ਹੋਰ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਪੁੱਜਣ ਟੀਮਾਂ ਨੂੰ ਬੇਨਤੀ ਹੈ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਫੇਰ ਨੌਜਵਾਨ ਗੋਲੂ ਪੌੜ ਦੇ ਲਈ ਵੱਧ ਚੁੱਕਿਆ ਲਓ ਸਾਹਮਣੇ ਚਾਰ ਜਾਫੀਆਂ ਦੇ ਵਿੱਚੋਂ ਇੱਕ ਪਾਸੇ ਅਫਰੀਦੀ ਨੌਜਵਾਨ ਇੱਕ ਪਾਸੇ ਨਿੰਮਾ ਚਾਰੇ ਜਾਫੀ ਬਿਲਕੁਲ ਬੁਰਜੀਆਂ ਵਰਗੇ ਆ ਹੁਣ ਦੇਖਣਾ ਵੀ ਕਿਹੜਾ ਨੌਜਵਾਨ ਮੂਹਰੇ ਅੜ ਕੇ ਇਸ ਨੌਜਵਾਨ ਦੇ ਨਾਲ ਦੋ ਹੱਥ ਕਰੇਗਾ ਲਓ ਸਾਹਮਣੇ ਹਿੱਕ ਵਾਲੇ ਜ਼ੋਰ ਦੀਆਂ ਗੱਲਾਂ ਲੋਕੀ ਖੁਣ ਖੁਣ ਤੇ ਖੜਕੇ ਨਾਲ ਲੈਂਦੇ ਨੇ ਹਿੱਕ ਵਾਲੇ ਜ਼ੋਰ ਅੱਗੇ ਦੁਨੀਆ ਨੇ ਆਉਂਦੀ ਹੈ ਲਓ ਪੁਆਇੰਟ ਗੋਲੂ ਦਾ ਚੱਲ ਵੀ ਗੁਰਜੀਤ ਸਿਆ ਪਾ ਵੀ ਭਲਵਾਨਾ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਗਿਆਨੀ ਹੋ ਨੌਜਵਾਨਾਂ ਤਕੜਾ ਫੜ ਨੌਜਵਾਨ ਨੂੰ ਜੇ ਫੜਦਾ ਤਾਂ ਸਾਂਭਲਾ ਇਸ ਗੱਭਰੂ ਨੂੰ ਜੇ ਸਾਂਭ ਹੁੰਦਾ ਸਾਹਮਣੇ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਚਾਰੇ ਜਾਫੀ ਬਿਲਕੁਲ ਬੁਰਜੀਆਂ ਵਰਗੇ ਆ ਇੱਕ ਨੰਬਰ ਤੋਂ ਸਾਹਮਣੇ ਉੱਡ ਕੇ ਚਿੰਬੜ ਗਿਆ ਚੰਦਰੀ ਵਾਰ ਦਾ ਛਾਪਾ ਗੁੱਡ ਜੱਜਮੈਂਟ ਟੈਕਨੀਕਲ ਪੁਆਇੰਟ ਕੋਈ ਗੱਲ ਨੀ ਮਰਨਾ ਪੈਣਾ ਪਿਆਰ ਦੇ ਨਾਲ ਅਗਲੀਆਂ ਦੋਹੇ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ ਜਲਦੀ ਤੋਂ ਜਲਦੀ ਹਨੇਰਾ ਹੋ ਚੁੱਕਿਆ ਵੀਕ ਵੀਰ ਆ ਜਾਓ ਕੋਈ ਗੱਲ ਨੀ ਮਾਸਟਰ ਜੀ ਉਹ ਬੁਲਾਉਣੇ ਮਿੱਟੀ ਪੁੱਤਰਾ ਇੱਡੀ ਕਿਹੜੀ ਹਰ ਮਸਲੇ ਦਾ ਹੱਲ ਹੈ ਕਬੱਡੀ ਪੈਂਦੀ ਹੈ ਦੁਨੀਆ ਦੇਖਦੀ ਹੈ ਕੌਣ ਹੈ ਜਿਹੜਾ ਇਸ ਸਟੇਜ ਹਨੇਰੀ ਨੂੰ ਡੱਟ ਪਾਵੇ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਲੱਗਦਾ ਹੋਇਆ ਰੋਪੜੀਆ ਤਾਲਾ ਪੁਆਇੰਟ ਜਾਫੀ ਦਾ ਪੁਆਇੰਟ ਕੋਰ ਸੁਖੀਏ ਦਾ ਚੱਲ ਵੀ ਨੌਜਵਾਨਾਂ ਪਾ ਕਬੱਡੀ ਲਓ ਸਾਹਮਣੇ ਜਦ ਰਿਹਾ ਪਾਲੇ ਤੋਂ ਆਓ ਸਾਹਮਣੇ ਮਾਰ ਕੇ ਥਾਪੀ ਤੇ ਚੁਸਤ ਚਲਾ ਕੇ ਮੁੰਡਾ ਆਤਿਸ਼ਬਾਜੀ ਹੈ ਕੁੱਤਰਮੀ ਤਾਤੀ ਲਓ ਸਾਹਮਣੇ ਦੇਖਣਾ ਹੱਥ ਲਾ ਗਿਆ ਕਬਲੇ ਨੂੰ ਰੌਲਾ ਪੈ ਗਿਆ ਯਾਰ ਅਫਰੀਦ ਨੇ ਫੜਨੇ ਸੌਖੇ ਨੇ ਸਹੇ ਦਾ ਲੱਕ ਉੜਨੇ ਸੱਪ ਕਬੂਤਰ ਜੀਨੇ ਇੱਕ ਪਾਸੇ ਆ ਆਉਂਦਾ ਨੌਜਵਾਨ ਹਵਾ ਨੂੰ ਗੰਡਾ ਦਿੰਦਾ ਕਹਿੰਦਾ ਘੋੜੀਆਂ ਲਾ ਦਿਓ ਭਾਵੇਂ ਮਗਰ ਹੁਣ ਨੀ ਫੜੀਦਾ ਚੱਲ ਵੀ ਨੌਜਵਾਨਾਂ ਪਾ ਕਬੱਡੀ ਅਗਲੀਆਂ ਦੋਹੇ ਟੀਮਾਂ ਜਲਦੀ ਆ ਜਾਓ ਖੇਡ ਮੈਦਾਨ ਦੇ ਵਿੱਚ ਗੋਲੂ ਗੱਲ ਚ ਸੁੱਖਾਂ ਦਾ ਤਵੀਤ ਹੈ ਮੈਂ ਕਹਿੰਦੀ ਪੁੱਤ ਨੂੰ ਨਜ਼ਰ ਨਾ ਲੱਗ ਜੇ ਕਿ ਮੇਰਾ ਬਾਬੇ ਦੇ ਤਵੀਤਾਂ ਤੇ ਨਾ ਰਹੇ ਥੋੜੀ ਬਹੁਤੀ ਹਿੰਮਤ ਕਰੀ ਇੱਕ ਪਾਸੇ ਨਿੰਮਾ ਟੁੱਟ ਪੈਣੇ ਆ ਨਿਆਣਾ ਕਾਤੋਂ ਮਾਰਦਾ ਵੇ ਮੈਂ ਕਿਹੜਾ ਬੁੱਕਰੀ ਹੈ ਗੱਲ ਇਹੋ ਜੀ ਖੇਡ ਮੈਦਾਨ ਦੇ ਵਿੱਚ ਗੱਭਰੂ ਨੇ ਕਰ ਦਿੱਤੀ ਹੈ ਤਾਂ ਅਗਲੀ ਕਬੱਡੀ ਫੇਰ ਦੇਖੀਏ ਖੇਡ ਮੈਦਾਨ ਦੇ ਵਿੱਚ ਦੱਦਾ ਹੋਰ ਬਰਸੇ ਮੇਜ਼ਬਾਨ ਟੀਮ ਭੇਖਾ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ ਬਿਨਾਂ ਕਿਸੇ ਦੇਰੀ ਤੋਂ ਸਮਾਂ ਹੈਲੋ ਜੋ ਸਾਹਮਣੇ ਟਰੈਕਟਰ ਖੜਾ ਛਤਰੀ ਵਾਲਾ ਉਹਨੂੰ ਬੇਨਤੀ ਆ ਕਿ ਸਟਾਰਟ ਕਰਕੇ 2 ਮਿੰਟ ਟਰੈਕਟਰ ਦੀਆਂ ਲਾਈਟਾਂ ਲਗਾ ਦੇ ਹੈਲੋ ਕਾਲੇ ਹੈਲੋ ਸਾਹਮਣੇ ਜਿਹੜਾ ਮੈਸੀ ਟਰੈਕਟਰ ਪਵਾਰ ਸਿੰਘ ਦਾ ਖੜਾ ਉਹਨੂੰ ਬੇਨਤੀ ਆ ਕੇ ਟਰੈਕਟਰ ਸਟਾਰਟ ਕਰਕੇ ਲਾਈਟਾਂ ਜਗਾ ਬਿਲਕੁਲ ਸਵਾ ਵੀਹ ਚੁੱਕਿਆ ਖੇਡ ਮੈਦਾਨ ਦੇ ਵਿੱਚ ਲਓ ਅਗਲੀ ਕਬੱਡੀ ਫੇਰ ਆ ਗਿਆ ਗੋਲੂ ਚਾਰੇ ਜਾਫੀ
मार के छाती लाओ सामने नौजवान ने जा खिलाड़िया ने बाहा जाफी हट गए ने पछाह करते ने सलाह हुण लत्ता फड़िए जा बाहा लाओ सामने नौजवान ने उंगल खड़ी कर दी है कि बूटा सिया मेरे हक दे विच फैसला दे दे नौजवाना कि मेरे हक दे विच फैसला दे दे अगली कबड्डी गुरजीत दी है सामने पैंती हुई कबड्डी है लाओ सामने चारे जाफी है ज्ञानी हो मुंडे दे नेड़े जा फिर कबड्डी रुकाए मेहरबानी जी इकबाल सिंह ट्राइटनियां लाइटा जलाईया हुआ धन्यवाद जी मेहरबानी बहुत ही शानदार फाइनल मैच खेडिया जा रहा है दोहें टीमां जल्दी तो जल्दी ग्राउंड दे विच आ जाओ मेजबान टीम भेखा बरसे दद्दा जल्दी तो जल्दी खेड मैदान दे विच आउण बस दविंदर सिंह जी तुहाडे सारे नगर नूं बाबा प्रेम सिंह जी स्पोर्ट्स क्लब नूं लख लख बार मुबारकबाद है इस सतवें कबड्डी दे महाकुंभ दी एनआरए भरावां दा वड्डा योगदान है उन्हां दा वी धन्नवाद करांगे रेफरी दा फैसला अटल होवेगा मनना पैणा नहीं किसे भी खिलाड़ी ने क्योंकि हनेरे का समा होने करके किसी भी टाइम गुस्ताखी हो जाती पर फील नहीं करना केड़ी टीम फर्स्ट आ जी राम सिंह प्रधान जी बेनती करते हैं कि 70 किलो के मैच समाप्त हो गए इन्हों का नाम दिता जाए अते नाल दी नाल ही उदू अगला फिर क्लब का मैच शुरू किया जाओ इस मुकाबले दे विच कोर सुखी दी टीम फर्स्ट है और विरोधी टीम जी है रजियाणा सैकंड रही है जी दो टीम स्टेज पे आ जाओ मास्टर दविंदर सिंह जी कहते नाल ही अपना मान ले लो जिथे लाइटा जा रही साउंड के मूहले पासे उठे आ जाओ दोनों टीम बेनती करते हैं कि अपना सम्मान का जो बनता साढ़े को लेके जान अगलिया दो टीम किथे ने आना जल्दी तो जल्दी आ जाओ खेड मैदान के विच देखा ਦੱਦਾ ਹੋਰ ਹਲੋ ਇੱਕੋ ਮਿੰਟ ਅਗਲੀਆਂ ਟੀਮਾਂ ਲਾਓ ਕਰ ਦੋ ਜੀ ਬਿਲਕੁਲ ਬੁਲਾ ਰਹੇ ਮਾਸਟਰ ਜੀ ਪਰਮਜੀਤ ਸਿੰਘ ਜੀ ਬਾਰ ਬਾਰ ਬੁਲਾ ਰਹੇ ਹੈ ਇੱਕੋ ਮਿੰਟ ਦਾ ਸਮਾਂ ਹੈ ਦੋ ਹੱਥ ਦੀ ਬੰਦ ਲਈ 70 ਗੱਲਾਂ ਦੀ ਟੀਮ ਨੂੰ ਸਾਡੇ ਕਮੇਟੀ ਮੈਂਬਰ ਇਨਾਮ ਦੇ ਰਹੇ ਨੇ ਹੈਲੋ ਅਸੀਂ ਰਾਮ ਸਿੰਘ ਪ੍ਰਧਾਨ ਅਤੇ ਕਮੇਟੀ ਮੈਂਬਰਾਂ ਨੂੰ ਬੇਨਤੀ ਕਰਦੇ ਹਾਂ ਕਿ 70 ਕਿਲੋ ਦੀਆਂ ਟੀਮਾਂ ਨੂੰ ਇਨਾਮ ਦਿੱਤਾ ਜਾਵੇ ਅਤੇ ਅਸੀਂ ਵਧਾਈ ਵੀ ਦਿੰਦੇ ਹਾਂ ਜਿਹੜੀਆਂ ਪਹਿਲੇ ਦੂਜੇ ਨੰਬਰ ਤੇ ਪਹੁੰਚੀਆਂ ਦੋਨਾਂ ਟੀਮਾਂ ਨੂੰ ਅਸੀਂ ਸੰਤ ਪ੍ਰੇਸ ਸਪੋਰਟ ਕਲੱਬ ਵੱਲੋਂ ਵਧਾਈ ਦਿੰਦੇ ਹਾਂ ਵੀਰੇ ਦੋਹੇ ਟੀਮਾਂ ਕਿੱਥੇ ਨੇ ਪੇਖੇ ਵਾਲੇ ਵੀ ਕਿ ਜਲਦੀ ਆ ਜਾਓ ਗਰਾਊਂਡ ਦੇ ਵਿੱਚ ਦੱਦਾ ਹੂਰ ਵਾਲੀ ਟੀਮ ਕਿੱਥੇ ਹੈ ਦੱਦਾ ਹੂਰ ਵਾਲੇ ਪਹਿਲਾਂ ਦੇ ਗਏ ਨੇ ਜਲਦੀ ਤੋਂ ਜਲਦੀ ਆ ਗਏ ਮੈਨੂੰ ਸਾਡਾ ਵੀਰ ਜਿੱਥੇ ਵੀ ਰਾਜ ਨੂੰ ਸੁਣਦਾ ਹੈ ਖੇਡ ਮੈਦਾਨ ਦੇ ਵਿੱਚ ਦੋਹੇ ਟੀਮਾਂ ਜਾਣ ਜਲਦੀ ਤੋਂ ਜਲਦੀ ਆਓ ਜੀ ਦੋਹੇ ਟੀਮਾਂ ਕਿੱਥੇ ਨੇ ਆਜੋ ਭਰਾਓ ਦਰਸ਼ਕ ਵਿਚਾਰੇ ਦੇਖ ਲਓ ਕਿਵੇਂ ਖੜੇ ਆ ਇਹਨਾਂ ਦੀਆਂ ਭਾਵਨਾਵਾਂ ਦੀ ਵੀ ਕਦਰ ਕਰਿਆ ਕਰੋ ਥੋੜੀ ਘਣੀ ਜਿਹੜੇ ਸਵੇਰ ਤੋਂ ਲੈ ਕੇ ਦਰਸ਼ਕ ਗਗਨ ਸਟੂਡੀਓ ਸੌਣ ਦੇ ਮੋਢੇ ਵਾਲੇ ਜਿੱਥੇ ਲੇਟਾ ਜਾਂਦੇ ਆ ਉੱਥੇ ਪਹੁੰਚਦਾ ਹੋਵੇ ਗਗਨ ਸਟੂਡੀਓ ਡਰੋਲੀ ਭਾਈ ਗਗਨ ਸਟੂਡੀਓ ਸਟੇਜ ਦੇ ਮੋਢੇ ਪਾਸੇ ਜਿੱਥੇ ਲੇਟਾ ਜਾਂਦੀਆਂ ਸੌਣ ਦੇ ਮੋਢੇ ਪਾਸੇ ਪਹੁੰਚਦਾ ਹੋਵੇ 70 ਕਿਲੋ ਦੀਆਂ ਟੀਮਾਂ ਨੂੰ ਸਾਡੇ ਕਮੇਟੀ ਮੈਂਬਰ ਇਨਾਮ ਦੇ ਰਹੇ ਨੇ ਜਲਦੀ ਤੋਂ ਜਲਦੀ ਦੋਹੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਤੇ ਨਾਲ ਕਬੱਡੀ 70 ਕਿਲੋ ਦੇ ਫਸਟ ਤੇ ਸੈਕੰਡ ਟੀਮਾਂ ਦੇ ਮਾਨ ਸਨਮਾਨ ਹਾਸਲ ਕਰ ਰਹੇ ਨੇ ਦੋਹਾਂ ਟੀਮਾਂ ਦੇ ਖਿਡਾਰੀ ਗਗਨ ਡਿਜੀਟਲ ਸਟੂਡੀਓ ਪੰਜਾਬ ਲਾਈਵ ਹਨ ਜਿਨ੍ਹਾਂ ਨੇ ਦੋ ਦਿਨ ਤੋਂ ਲੈ ਕੇ ਪੂਰੀ ਦੁਨੀਆ ਦੇ ਵਿੱਚ ਦਿਖਾਇਆ ਇਸ ਨਗਰ ਦਾ ਕਬੱਡੀ ਦਾ ਮਹਾਂਕੁੰਭ ਧੰਨਵਾਦ ਕਰਦੇ ਆਪਾਂ ਪੰਜਾਬ ਲਾਈਵ ਹਨ ਮਾਸਟਰ ਜੀ ਦੋਹਾਂ ਟੀਮਾਂ ਨੂੰ ਜਲਦੀ ਮਾਨ ਸਨਮਾਨ ਦਿੱਤੇ ਜਾਣ ਫਾਈਨਲ ਮੈਚ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਓ ਅਸੀਂ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਗਰਾਊਂਡ ਵਿਹਲਾ ਕਰ ਦਿੱਤਾ ਜਾਵੇ ਓਲੇ
हेलो 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 ओ जल्दी आयो दोहे टीमा ओ भज गया जो मेरे वीर भज गए ਦੱਦਾ ਹੋਰ ਵਰਸੇ ਭੇਖਾ ਗੁਆਂਢੀ ਪਿੰਡ ਹੈ ਫਾਈਨਲ ਦੇ ਵਿੱਚ ਪੁੱਜੀਆਂ ਟੀਮਾਂ आजो वीरे जल्दी तो जल्दी दद्दा उरदी टीम ग्राउंड दे विच आ रही है भेखे वाले जल्दी तो जल्दी आजो हुण कद एने हाड़े जे कढाउणे दर्शकां दे विचारियां दे भज के आ जा दोहे टीमां इकट्ठे आजो भावें कोई गल नहीं रहने भी इकट्ठे है खेत बन्ने भी इकट्ठे है दद्दा उरदी भेखे दा फाइनल मैच हेलो बेनती करते हैं कि नेरा हो जाता दोनों क्लबां दी टीमां छेती तो छेती ग्राउंड दे विच पहुंच जाना क्लबां ठीक है व्यास सिंह जी वाकई खेत भी इकट्ठे ते मैच भी जिहड़ा हुण फाइनल दोहां टीमां दे विच खेडिया जाणा बेस्ट रेडर ते जाफी कंडे जाणे ने शमशेर सिंह जी कनेडा वाले जिम्मी साडा वीर कनेडा ਗੈਰੀ ਕੈਨੇਡਾ 5000 ਰੁਪਿਆ ਦੋਹਾਂ ਟੀਮਾਂ ਨੂੰ ਔਰ ਬੈਸਟ ਰੇਡਰ ਤੇ ਜਾਫੀ ਨੂੰ ਦਿੱਤਾ ਜਾਣਾ ਸੌਰੀ ਬੈਸਟ ਰੇਡਰ ਤੇ ਜਾਫੀ ਦੇ ਲਈ 5000 ਰੁਪਿਆ ਹੋਵੇਗਾ ਗੈਰੀ ਜੀ ਔਰ ਸਿਮੀ ਜੀ ਸਾਡੇ ਕੈਨੇਡਾ ਵਾਲੇ ਜੀਤਾ ਸਾਡਾ ਵੀਰ ਕੈਨੇਡਾ ਵਾਲਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋਗੇ ਸਾਡੇ ਵੀਰ ਨੇ ਕਲੱਬ ਪ੍ਰਧਾਨ ਨੇ ਸਾਡੇ ਵੀਰ ਰਾਮ ਸੀ ਜੋੜਾਂ ਦੇ ਭਾਈ ਸਾਹਿਬ ਅੱਜ ਭੱਜ ਕੇ ਸੱਜਣੋ ਖੇਡ ਮੈਦਾਨ ਦੇ ਵਿੱਚ ਚਲਾ ਫਾਈਨਲ ਮੈਚ ਹੈ ਤਕਰੀਬਨ 1.5 ਲੱਖ ਦੇ ਅੰਦਰ ਬਾਹਰ ਦੀ ਗੱਲ ਹੋਣ ਜਾ ਰਹੀ ਹੈ 31 ਹੈਲੋ 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 ਅਸੀਂ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਲੀਗ ਤੋਂ ਬਾਹਰਲੇ ਪਾਸੇ ਆ ਜਾਣ ਮੈਚ ਸ਼ੁਰੂ ਹੋਣ ਲੱਗਾ ਕਲੱਬ ਦਾ ਫਾਈਨਲ ਮੈਚ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਮਿਹਰਬਾਨੀ ਕਰਕੇ ਲੀਗ ਤੋਂ ਬਾਹਰਲੇ ਪਾਸੇ ਆ ਜਾਣ ਫਾਈਨਲ ਦਾ ਕਲੱਬ ਦਾ ਫਾਈਨਲ ਮੈਚ ਸ਼ੁਰੂ ਹੋਣ ਲੱਗਾ ਫਾਈਨਲ ਮੈਚ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਬੈਸਟ ਰੇਡਰ ਤੇ ਬੈਸਟ ਜਾਫੀ ਗੜਨਾ 5-5000 ਰੁਪਿਆ ਉਹਨਾਂ ਨੂੰ ਦਿੱਤਾ ਜਾਣਾ ਮਾਸਟਰ ਸੁਰਿੰਦਰ ਸਿੰਘ ਜੀ ਪਰਮਜੀਤ ਸਿੰਘ ਜੀ ਡਿਊਟੀ ਲਾ ਲਿਓ ਮਾਸਟਰ ਜੀ ਜਿਨ੍ਹਾਂ ਨੇ ਬੈਸਟ ਰੇਡਰ ਤੇ ਜਾਫੀ ਦਾ ਸਕੋਰ ਨੋਟ ਕਰਾਉਣੇ ਨੇ ਮਾਸਟਰ ਜੀ ਕਹਿੰਦੇ ਵੀ ਅਸੀਂ ਆਪੇ ਕਰ ਲਾਂਗੇ ਸਾਰਾ ਹਿਸਾਬ ਕਿਤਾਬ ਮਾਰੋ ਜੀ ਵਿਸਲੋਣੇ ਕੇ ਪਾਸੇ ਭੇਖੇ ਦੀ ਟੀਮ ਹੈ दूसरे पासे दद्दा होर बिल्कुल पट्टा बन्ने सांझे ने खेड मैदान दे विच जगिया सटला नौजवान ਮਨਪ੍ਰੀਤ ਸਿੰਘ ਤਕੜੇ ਹੋ ਜਾਓ ਨੌਜਵਾਨੋ ਗੁਰਜੀਤ ਸਿੰਘ 5-5000 ਰੁਪਿਆ ਦਿੱਤਾ ਜਾਣਾ ਜਿੰਮੀ ਵੀਰ ਉਹਨਾਂ ਵੱਲੋਂ ਔਰ ਦੇਖਾਂਗੇ ਸ਼ਮਸ਼ੇਰ ਸਿੰਘ ਜੀ ਕੈਨੇਡਾ ਵਾਲੇ ਦੇ ਪਰਿਵਾਰ ਵੱਲੋਂ ਬੈਸਟ ਰੇਡਰ ਤੇ ਜਾਫੀ ਦੇ ਲਈ 31000 ਪਲੱਸ 21000 ਤਕਰੀਬਨ 1.5 ਲੱਖ ਦੇ ਅਕਾਰ ਦੀ ਗੱਲ ਹੋਣ ਜਾ ਰਹੀ ਹੈ ਖੇਡ ਮੈਦਾਨ ਦੇ ਵਿੱਚ ਸੋਹਣੀ ਖੇਡ ਫਾਈਨਲ ਮੈਚ ਕਬੱਡੀ ਓਪਨ ਦਾ ਸ਼ੁਰੂ ਹੋਣ ਜਾ ਰਿਹਾ ਹੈ ਦੋਹੇ ਟੀਮਾਂ ਖਿਡਾਰੀਆਂ ਨਾਲ ਲੈਂਸ ਨੇ ਦੇਖ ਲਿਓ ਕਿਹੜੀ ਟੀਮ ਕਿਹੜੇ ਪਾਸੇ ਹੈ ਸਾਢੇ 7 ਜਾਂ 8 ਤੇ ਜੇਤਾ ਹੋਣੀ ਹੈ ਮਾਸਟਰ ਜਵਿੰਦਰ ਸਿੰਘ ਜੀ ਕਹਿ ਰਹੇ ਨੇ ਭੇਖੇ ਦੀ ਪਹਿਲੀ ਕਬੱਡੀ ਭੈਣੀ ਆ ਖੇਡ ਮੈਦਾਨ ਦੇ ਵਿੱਚ ਮੂਵ ਸਪਰੇ ਹੁਣ ਨਹੀਂ ਮਿਲਦੀ ਵੀਰੇ ਪਤਾ ਨਹੀਂ ਕੌਣ ਲੈ ਗਿਆ ਫੜ ਕੇ ਹੈਲੋ ਹੈਲੋ ਆ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਗਰਾਊਂਡ ਦੇ ਵਿੱਚੋਂ ਬਾਹਰ ਆ ਜਾਣ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਗਰਾਊਂਡ ਦੇ ਵਿੱਚੋਂ ਬਾਹਰ ਆ ਜਾਣ ਮੈਚ ਸ਼ੁਰੂ ਹੋਣ ਲਓ ਖੇਡ ਮੈਦਾਨ ਦੇ ਵਿੱਚ ਬੜਾ ਸੋਹਣਾ ਮੁਕਾਬਲਾ ਬਿਲਕੁਲ
ਖੇਡਿਆ ਜਾ ਰਿਹਾ ਫਾਈਨਲ ਮੈਚ। ਬੂਟਾ ਸਾਡਾ ਵੀਰ ਕਹਿੰਦਾ ਵੀ ਜਿੰਨੇ ਜੱਗਾ ਸਾਡਾ ਵੀਰ ਜੱਫੇ ਲਾਵੇ ਉਹਨੇ ਹਜ਼ਾਰ ਹਜ਼ਾਰ ਦੇ ਨੋਟ ਹੈ ਲਾਗੇ ਰਹੇ ਭਰਾਵਾ ਮੁੜ ਕੇ ਮੇਰੇ ਨਾਲ ਧੱਕੇ ਖਿੱਚੀ ਫਿਰ ਨਹੀਂ ਲਾਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਗਗਨ ਤਾੜੀਆਂ ਮਾਰੋ ਇੱਕ ਵਾਰੀ ਕਾਲੇ ਨੂੰ ਬੇਨਤੀ ਆ ਕਿ ਲਾਈਟਾਂ ਟਰੈਕਟਰ ਦੀਆਂ ਨਾ ਬੰਦ ਕਰੇ ਬੱਬੂ ਵੱਲੋਂ ਬੇਨਤੀ ਆ ਕਾਲੇ ਨੂੰ ਲਾ ਪਹਿਲੀ ਕਬੱਡੀ ਗਗਨ ਜੋਕੇ ਵਾਲੀ ਆ ਕਲਵੰਤ ਸਿੰਘ ਕੋਚ ਮਾਣ ਕਰਦਾ ਇਸ ਨਾਜਵਾਨ ਦੇ ਉੱਤੇ ਲਓ ਸਾਹਮਣੇ ਪਾਈ ਹੋਈ ਕਬੱਡੀ ਗੁਰਜੀਤ ਹੋ ਗਿਆ ਪੂਰੇ ਆਉਂਦਾ ਛਿੜੀ ਮਾਂ ਦਾ ਸ਼ੇਰ ਪੁੱਤ ਪੁਆਇੰਟ ਹੈ ਕਿ ਭੇਖੇ ਦੇ ਲਈ ਪਹਿਲਾ ਡੇਢ ਪੁਆਇੰਟ ਹੈ ਅਗਲੀ ਕਬੱਡੀ ਮਨਪ੍ਰੀਤ ਸਿੰਘ ਮੰਨੂ ਦੀ ਹੈ ਖੇਡ ਮੈਦਾਨ ਦੇ ਵਿੱਚ ਇੱਕ ਕਹਿੰਦੀ ਜੱਗੇ ਨੇ ਲੈ ਲਈ ਹੈ ਲਓ ਸਾਹਮਣੇ ਹੜਦੀ ਨੌਜਵਾਨਾਂ ਪਾਸੇ ਖਿਤਾਬ ਜਿੱਤਣਾ ਕਿਹੜਾ ਰੇਡਰ ਹੋਵੇਗਾ ਅੱਜ ਦੇ ਇਸ ਕਬੱਡੀ ਦੇ ਮਹਾਂਕੁੰਭ ਦਾ ਪੰਜ ਹਜ਼ਾਰ ਰੁਪਇਆ ਦਿੱਤਾ ਜਾਣਾ ਸ਼ਮਸ਼ੇਰ ਸਿੰਘ ਜੀ ਕੈਨੇਡਾ ਵਾਲੇ ਦੇ ਬੇਟਿਆਂ ਵੱਲੋਂ ਲਓ ਸਾਹਮਣੇ ਕਬੱਡੀ ਗਗਨ ਸਿੱਖ ਸਰਦਾਰ ਬੇਨਤੀ ਕਰਦੇ ਹਾਂ ਕਿ ਗਰਾਊਂਡ ਵਿੱਚ ਨਾ ਪਹੁੰਚਣ ਲੀਗ ਤੋਂ ਬਾਹਰਲੇ ਪਾਸੇ ਰਹਿਣ ਫਾਈਨਲ ਮੈਚ ਚੱਲਦਾ ਦਰਸ਼ਕਾਂ ਨੂੰ ਬੇਨਤੀ ਆ ਬਾਓ ਸੋਹਣਿਆ ਦਰਸ਼ਕ ਵੀਰੋ ਬੜੀ ਤਾੜੀਆਂ ਮਾਰ ਦਿਓ ਖਾਲਸੇ ਦੇ ਲਈ ਮਾਰ ਦਿਓ ਤਾੜੀਆਂ ਭਲਵਾਨ ਦੇ ਲਈ ਲਓ ਸਾਹਮਣੇ ਕਬੱਡੀ ਮਨਪ੍ਰੀਤ ਸਿੰਘ ਮੰਨੂ ਪਾਉਂਦਾ ਹੋਇਆ ਵੀ ਕਿਹਾ ਹੋ ਮੁੰਡੇ ਦੇ ਲੈਣੇ ਲਓ ਸਾਹਮਣੇ ਨਹੀਂ ਹੱਥ ਨਹੀਂ ਧਰਾਉਂਦਾ ਆ ਗੱਭਰੂ ਸੱਚੇ ਪਾਤਸ਼ਾਹ ਫੇਰ ਕਰੇ ਇਸ ਗੱਭਰੂ ਦੀ ਜਵਾਨੀ ਤੰਦਰੁਸਤ ਰਹੇ ਖੇਡ ਮੈਦਾਨ ਦੇ ਵਿੱਚ ਕਬੱਡੀ ਗੋਪੀ ਹੈਲੋ ਮੰਨੂ ਨੱਦਾ ਉਹਨੂੰ 100 ਰੁਪਇਆ ਮੰਨੂ ਨੱਦਾ ਉਹਨੂੰ ਜਿਹੜਾ ਰੱਖੂਗਾ ਪੱਪੂ ਜੈਣ ਵਾਲੇ ਤੋਂ ਵੱਲੋਂ ਪ੍ਰਿਤਪਾਲ ਸਿੰਘ ਜੀ ਜੈਮਲ ਵਾਲਾ ਚੰਦ ਸਿੰਘ ਜੀ ਪ੍ਰਧਾਨ ਸਾਹਿਬ ਵੱਡੇ ਮਾਣ ਦੇਖੇ ਦੀ ਟੀਮ ਦੇ ਲਈ ਆਓ ਸਾਹਮਣੇ ਦੇਖੋ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਛੋਟੇ ਜੇ ਕੱਦ ਵਾਲਾ ਗੋਪੀ ਹੈ ਦੂਸਰੇ ਪਾਸੇ ਦੇਖਣਾ ਖੇਡ ਮੈਦਾਨ ਦੇ ਵਿੱਚ ਆਓ ਨੌਜਵਾਨ ਗੁਰਜੀਤ ਹੈ ਜੱਫਾ ਲੱਗ ਚੁੱਕਿਆ ਖੇਡ ਮੈਦਾਨ ਦੇ ਵਿੱਚ ਚੰਦ ਸਿੰਘ ਜੀ ਪ੍ਰਧਾਨ ਸਾਹਿਬ ਨੇ ਸਾਡੇ ਆਓ ਖੇਡ ਮੈਦਾਨ ਦੇ ਵਿੱਚ ਦੇਖੀਏ ਪੈਂਦੀ ਹੋਈ ਅਗਲੀ ਕਬੱਡੀ ਲਓ ਸਾਹਮਣੇ ਕਬੱਡੀ ਫੁੱਲ ਹੈ ਦੇਖੇ ਜੀ ਸੁੱਚੀ ਟੀਮ ਨੂੰ ਪੱਪੂ ਜੈਣ ਵਾਲੇ ਤੋਂ 500 ਰੁਪਇਆ ਦਿੰਦੇ ਨੇ ਭੇਖੇ ਦੀ ਸੁੱਚੀ ਟੀਮ ਹਾਂਜੀ ਮਾਸਟਰ ਜੀ ਤੁਸੀਂ ਨੋਟ ਕਰਨਾ ਸਾਡੇ ਵੀਰ ਮਾਇਆ ਤੇ ਗੱਫੇ ਦੇਣਗੇ ਹੜਕੜੀ ਫੁੱਲ ਤੇ ਕੱਟੇ ਤੇ ਝੁੱਲ ਵਾਲੀ ਗੱਲ ਹੁਣ ਦੇਖਾਂਗੇ ਖੇਡ ਮੈਦਾਨ ਦੇ ਵਿੱਚ ਪ੍ਰਿਤਪਾਲ ਸਿੰਘ ਜੀ ਸਾਡੇ ਸਤਿਕਾਰਯੋਗ ਨੇ ਹੈਲੋ ਜੇਕਰ ਜੱਗਾ ਜੱਫਾ ਲੈਣਾ ਹੈ ਤਾਂ 100 ਰੁਪਇਆ ਕਿੰਨਾ ਕੈਨੇਡਾ ਵੱਲੋਂ ਦਿੱਤਾ ਜਾਣਾ ਚੰਦ ਸਿੰਘ ਜੀ ਸੁਸਤੀ ਦੇ ਪ੍ਰਧਾਨ ਨੇ ਲਓ ਸਾਹਮਣੇ ਖੇਡ ਦੇਖਣਾ ਖੇਡ ਮੈਦਾਨ ਦੇ ਵਿੱਚ ਹੱਟ ਜੀ ਨੌਜਵਾਨਾਂ ਪਾਸੇ ਨਹੀਂ ਰੀਸਾ ਜੱਗਾ ਜੱਫਾ ਲਾਵੇ 500 ਰੁਪਇਆ ਹੋਵੇਗਾ ਸਾਡੇ ਚੰਦ ਸਿੰਘ ਜੀ ਪ੍ਰਧਾਨ ਉਹਨਾਂ ਵੱਲੋਂ ਹੈਪੀ ਕੈਨੇਡਾ ਬਾਬੂ ਸਿੱਧੂ ਜੀ ਦੇਖੇ ਦੀ ਸਮੁੱਚੀ ਟੀਮ ਦੇ ਲਈ ਮਾਣ ਭੇਜਦੇ ਨੇ ਲੈ ਵੀ ਭਲਵਾਨਾ ਮਾਣ ਲਿਆ ਨਾਲ ਦੀ ਨਾਲ ਦੇਖੇ ਦੀ ਟੀਮ ਨੂੰ ਮਾਸਟਰ ਜੀ ਉਹਨਾਂ ਨੂੰ ਮਾਇਆ ਦੇ ਗੱਫੇ ਦੇ ਦਿਓ ਨਾਲ ਦੀ ਨਾਲ ਆਓ ਸਾਹਮਣੇ ਚੰਦ ਸਿੰਘ ਜੀ ਕਹਿੰਦੇ ਪ੍ਰਧਾਨ ਸਾਹਿਬ 500 ਰੁਪਇਆ ਜੱਗਿਆ ਪੁੱਤਰਾ ਤੇਰੇ ਲਈ ਹੈ ਲਾ ਸੋਹਣਾ ਜੱਫਾ ਖੇਡ ਮੈਦਾਨ ਦੇ ਵਿੱਚ ਸਾਹਮਣੇ ਮਨੂ ਦੀ ਪੈਂਦੀ ਹੋਈ ਕਬੱਡੀ ਰਾਤ ਦੇ ਦੇਖੀਏ ਵੀ ਹਸੀਨ ਦੇ ਪਲਾਂ ਦੀ ਗੱਲ ਹੈ ਲੈਟਾਂ ਜੈ ਜੱਗੀਆਂ ਨੇ ਭੇਖੇ ਦਾ ਮੈਦਾਨ ਹੈ ਸਾਹਮਣੇ ਦੇਖੋ ਖੇਡ ਮੈਦਾਨ ਦੇ ਵਿੱਚ ਇੱਥੇ ਰੈਫਰੀ ਦਾ ਫੈਸਲਾ ਅਟਲ ਹੋਵੇਗਾ ਪ੍ਰਿਤਪਾਲ ਸਿੰਘ ਜੀ ਜਸਵੀਰ ਭੰਗੂ ਜੀ ਸਾਡੇ ਵੱਡੇ ਮਾਣ ਆਪਣੇ ਟੀਮ ਦੇ ਲਈ 500 ਰੁਪਏ ਦੇ ਕਰਦੇ ਨੇ ਮਾਸਟਰ ਜੀ ਆਪਣੇ ਬੋਝੇ ਚ ਪਾ ਲਓ ਮਾਇਆ ਦੇ ਗੱਫੇ ਆ ਲਓ ਤੁਹਾਨੂੰ ਦੇ ਦਿੰਦੇ ਨੇ ਮੈਂ ਤੁਹਾਡੀ ਟੀਮ ਦੇ ਮਾਇਆ ਦੇ ਗੱਫੇ ਨੇ ਕਿਉਂਕਿ ਮਾਇਆ ਦਾ ਕੰਮ ਆ ਭਾਜੀ ਸਿੱਧੀ 22 ਦਿੱਤੀ ਜਾਵੇ ਤਾਂ ਬੱਬੂ ਭੇਖਾ ਤੇ ਹੈਪੀ ਕੈਨੇਡਾ ਜੇ ਜੱਫ
ਜੱਫਾ ਜੱਗਾ ਲਾ ਲਵੇ 600 ਰੁਪਿਆ, ਕੱਲ ਚੰਦ ਸਿੰਘ ਜੀ ਪ੍ਰਧਾਨ ਹੋਣਾ ਦਾ 500 ਰੁਪਿਆ, 1100 ਰੁਪਿਆ ਜੱਗਿਆ ਤੈਨੂੰ ਮਿਲਣਾ, ਜੇਕਰ ਜੱਫਾ ਪੁੱਤਰਾ ਤੂੰ ਲਾਵੇ ਖੇਡ ਮੈਦਾਨ ਦੇ ਵਿੱਚ। ਪਰ ਮੈਚ ਅੰਸ਼ ਸਮਾਪਤ ਆ। ਚੰਦਸਰਾ ਦੀ ਪ੍ਰਧਾਨ ਕਿਰਪਾਲ ਸਿੰਘ ਜੀ ਗੁੱਗਾ ਭਾਜੀ ਵੱਡੇ ਮਾਨ 100 ਰੁਪਏ ਦੇ ਬੋਲਾਂ ਤੋਂ ਖੁਸ਼ ਹੋ ਕੇ ਦਿਖੇ ਨੇ ਸੱਚੇ ਪਾਤਸ਼ਾਹ ਫੇਰ ਕਰੇ ਨਾ ਭਰਾਵਾਂ ਦੇ ਉੱਤੇ। ਚੰਦ ਸਿੰਘ ਜੀ ਆਓ ਸਾਹਮਣੇ, 1000 ਰੁਪਿਆ ਭੇਖੇ ਦੀ ਉੱਚੀ ਟੀਮ ਦੇ ਲਈ ਭੇਜਦੇ ਨੇ। ਰਾਮ ਸਿੰਘ ਜੀ ਤੁਸੀਂ ਆਪੇ ਫੜਾ ਦਿਓ ਮਾਇਆ ਦੇ ਗੱਫੇ ਆਪਣੀ ਟੀਮ ਨੂੰ।